ਤੁਸੀਂ ਵੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਸੁੱਖ ਪੱਟੀ ਵੱਲ ਲੈ ਕੇ ਹਾਜ਼ਰ ਹੋਇਆ ਕੋਰੋਨਾ ਦੀ ਤਾਜ਼ਾ ਅਪਡੇਟ। ਪੰਜਾਬ ਦੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੈ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਜਿਹੜੀ ਕੁਝ ਸਮਾਂ ਪਹਿਲਾਂ 37 ਸੀਗੀ ਉਹ ਹੁਣ ਵੱਧ ਕੇ 38 ਹੋ ਗਈ ਆ ਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵੀ ਇੱਕ ਕੋਰੋਨਾ ਦਾ ਨਵਾਂ ਮਰੀਜ਼ ਸਾਹਮਣੇ ਆਇਆ ਜਿਸ ਦੇ ਚੱਲਦਿਆਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਚੰਡੀਗੜ੍ਹ ਦੇ ਵਿੱਚ 8 ਹੋ ਗਈ। ਉਸ ਤੋਂ ਇਲਾਵਾ ਜਿਹੜਾ ਬਟੇਨ ਦੇ PM ਨੇ ਗਏ ਉਹ ਵੀ ਇਸ ਕੋਰੋਨਾ ਪੀੜਿਤ ਪਾਏ ਗਏ ਨੇ। ਉਹਨਾਂ ਦੀ ਜਿਹੜੀ ਰਿਪੋਰਟ ਆ ਗਈ ਉਹ ਪੋਜ਼ਿਟਿਵ ਆਈ ਹੈਗੀ ਤੇ ਜਿਹੜੇ ਪੰਜਾਬ ਦੇ ਵਿੱਚ 38ਵਾਂ ਮਰੀਜ਼ ਸਾਹਮਣੇ ਆਇਆ, ਦੱਸ ਦਈਏ ਕਿ ਉਹ ਜਲੰਧਰ ਤੋਂ ਸਾਹਮਣੇ ਆਇਆ ਗਾ ਤੇ ਉਹ ਜਿਹੜੇ ਮ੍ਰਿਤਕ ਨੇਗੇ ਜਿਹੜੇ ਪੰਜਾਬ ਦੇ ਵਿੱਚ ਬਲਦੇਵ ਸਿੰਘ ਦੀ ਕੋਰੋਨਾ ਪੀੜਿਤ ਹੋਣ ਕਰਕੇ ਜਿਹੜੀ ਮੌਤ ਹੋਈ ਸੀਗੀ ਉਹੀ ਬਲਦੇਵ ਸਿੰਘ ਦੇ ਉਹ ਰਿਸ਼ਤੇਦਾਰ ਦੱਸੇ ਜਾ ਰਹੇ ਨੇਗੇ। ਇਸ ਤੋਂ ਬਾਅਦ ਆਪਾਂ ਫਿਰ ਮਿਲਾਂਗੇ, ਮੈਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਮੈਨੂੰ ਦਿਓ ਆਗਿਆ।